ਸਹਿਲਾ ਮਰਨਾ ਆ ਗਿਆ ਕਿਸ ਤਰ੍ਹਾਂ ਸ਼ਰੀਰਕ ਡੈਥ ਤੋਂ ਬਾਅਦ ਨਹੀਂ ਮਨ ਕਰਕੇ ਭੈੜੇ ਖਿਆਲਾਂ ਵਾਲੀ ਆਦਤਾਂ ਵਾਲੇ ਪੱਖੋਂ ਜੀਵਤਿਆਂ ਮਰ ਰਹੀਏ ਦੀ ਅਵਸਥਾ ਪ੍ਰਾਪਤ ਹੋ ਗਈ ਜੇਕਰ ਸਾਹਿਬ ਮਨੋਂ ਨਾ ਵਿਸਰੇ ਦਾ ਮਤਲਬ ਹੈ ਜੇ ਆਈਡੀਅਲਸ ਮੈਂ ਨਾ ਛੱਡਾ ਜੋ ਸਤਿਗੁਰ ਨੇ ਦੱਸੇ ਨੇ जे मैं निर्मल करम ना छ्डा जो सतगुरु ने ने तो सहला मरना आ जाता है दूसरा तुमको चार छोड़ चार सौ सुनाए एंड यू कैन बेयर दुनिया वधी की कर सके और तुसी बर्दाश्त कर सको दैट इज हाइट ऑफ पेशेंस दैट इज हाइट ऑफ स्पिरिचुअलिटी और ओ जीना मनुख ने सीखना है ਕਿਸ ਤਰ੍ਹਾਂ ਸਿੱਖੇਗਾ ਜਿਉ ਵਨਨੈਸ ਵਿਦ ਗੋਡ ਪ੍ਰਾਪਤ ਕਰੇਗਾ ਇੱਕ ਮੁੰਡੇ ਨੇ ਮੈਨੂੰ ਨਿਊਯਾਰਕ ਦੱਸਿਆ ਕਿ ਮੇਰਾ ਗੋਰਾ ਅਮਰੀਕਨ ਬੌਸ ਮੈਨੂੰ ਪੁੱਛਦਾ ਹੈ ਮੈਂ ਤੈਨੂੰ ਕਿੰਨੀ ਵਾਰੀ ਗੁੱਸਾ ਕਰਦਾ ਹਾਂ ਕਿੰਨੀ ਵਾਰੀ ਤੇਰਾ ਤੇ ਤੂੰ ਛੁੱਟੀ ਮੰਗਦਾ ਮੈਂ ਤੇਰੀ ਛੁੱਟੀ ਡਿਕਲਾਈਨ ਕਰ ਦਿੰਦਾ ਤੂੰ ਇਤਨੀ ਨਮਰਤਾਚ ਇਤਨੇ ਪਿਆਰ ਇਚ ਕਿਸ ਤਰ੍ਹਾਂ ਰਹਿੰਦਾ ਹੈ ਕਹਿੰਦਾ ਮੇਰੇ ਪੇਰੈਂਟਸ ਨੇ ਮੈਨੂੰ ਪੇਸ਼ੈਂਸ ਸਿਖਾਈ ਹੈ ਕਹਿੰਦਾ ਹੈਡਸ ਆਫ ਟੂ ਯੂਅਰ ਪੇਰੈਂਟਸ ਵੇਅਰ ਆਰ ਦੇ ਲੀਵਿੰਗ ਕਹਿੰਦਾ ਦੇ ਆਰ ਲੀਵਿੰਗ ਇਨ ਇੰਡੀਆ ਕਹਿੰਦਾ ਵਾਓ ਆਈ ਵਾਂਟ ਟੂ ਮੀਟ ਯੂਅਰ ਪੇਰੈਂਟਸ ਪਰ ਅਸੀਂ ਆਪਣੇ ਘਰਾਂ ਦੇ ਦੇਖਦੇ ਹਾਂ ਸਾਡਾ ਬੱਚਾ ਜਦੋਂ ਸਾਡੇ ਮਾਤਾ ਪਿਤਾ ਪਿਆਰ ਕਰਦੇ ਨੇ ਸਾਡਾ ਬੱਚਾ ਉਸ ਨੂੰ ਮਿਸਯੂਜ਼ ਕਰਦਾ ਹੈ ਸਾਡੇ ਮਾਤਾ ਪਿਤਾ ਜਦੋਂ ਬੱਚੇ ਨੂੰ ਨਮਰਤਾ ਪਿਆਰ ਨਾਲ ਡੀਲ ਕਰਦੇ ਨੇ ਸਾਡਾ ਬੱਚਾ ਮਿਸਯੂਜ਼ ਕਰਦਾ ਹੈ ਸਾਡੇ ਮਾਤਾ ਪਿਤਾ ਜਦੋਂ ਬੱਚਾ ਰਾਤੀ ਕਰ ਲੇਟ ਆਏ ਉਹਨੂੰ ਕੁਝ ਨਹੀਂ ਕਹਿੰਦੇ ਨੇ ਤਾਂ ਬੱਚਾ ਇਸ ਆਦਤ ਨੂੰ ਪਕਾ ਲੈਂਦਾ ਹੈ 11 ਵਜੇ ਦੇ ਬਦਲੇ 12 ਫੇਰੀ ਇੱਕ ਫਿਰ ਦੋ ਫਿਰ 3 ਵਜੇ ਆਣਾ ਸ਼ੁਰੂ ਕਰ ਦਿੰਦਾ ਹੈ ਸਾਡੇ ਮਾਤਾ ਪਿਤਾ ਜਿੰਨਾ ਬੱਚੇ ਦੇ ਆਗੁਣਾ ਨੂੰ ਕੱਜਦੇ ਨੇ ਬੱਚਾ ਆਪਣੇ ਆਗੁਣਾ ਨੂੰ ਹੋਰ ਮਲਟੀਪਲਾਈ ਕਰੀ ਜਾਂਦਾ ਹੈ ਉਹ ਮਿਸਯੂਜ਼ ਕਰਦਾ ਹੈ ਉਹਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਮਾਤਾ ਪਿਤਾ ਦਰਸਲ ਧਾਰਮਿਕਤਾ ਜੀ ਰਹੇ ਨੇ ਪਾਣੀ ਤੋਂ ਸਿੱਖੇ ਨੇ ਸੁੱਤਪਰਾਦ ਕਰਤ ਹੈ ਜੀਤੇ ਜੰਨੀ ਚੀਤ ਨਾ ਰਾਖਸ ਤੇਤੇ ਇਹ ਵਾਲੀ ਪ੍ਰੈਕਟਿਸ ਅਸੀਂ ਕਦੋਂ ਕਰਾਂਗੇ ਸਾਨੂੰ ਤੇ ਇਹ ਫਲਾਣਾ ਨੇ ਫਲਾਣੇ ਧਰਮ ਨੂੰ ਇਹ ਕਹਿ ਦਿੱਤਾ ਉਹਨਾਂ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਉਹਨਾਂ ਨੇ ਸਾਡੇ ਧਰਮ ਨੂੰ ਇਹ ਕਹਿ ਦਿੱਤਾ ਆਓ ਚੱਲੋ ਜੀ ਲੜਨ ਚੱਲੀਏ ਦੈਟਸ ਵੈਰੀ ਈਜ਼ੀ ਲੇਕਿਨ ਅਸੀਂ ਸੋਚੀਏ ਕਿ ਅਸੀਂ ਧਰਮ ਨੂੰ ਬਚਾ ਰਹੇ ਹਾਂ ਜਾਂ ਧਰਮ ਨੇ ਮੈਨੂੰ ਪਲ ਪਲ ਦੀ ਆਤਮਿਕ ਮੌਤ ਤੋਂ ਬਚਾਣਾ ਹੈ ਮੇਰਾ ਸਤਗੁਰ ਰਖਵਾਲਾ ਹੋਆ ਮੈਂ ਪ੍ਰੈਕਟਿਸ ਕਰਨੀ ਹੈ ਕਿ ਮੈਂ ਸਤਗੁਰ ਜੀ ਦਾ ਰਖਵਾਲਾ ਹਾਂ ਜਾਂ ਸਤਗੁਰ ਜੀ ਮੇਰੇ ਰਖਵਾਲੇ ਨੇ ਸਤਗੁਰ ਸਾਡੀ ਬਾ ਫੜਦਾ ਹੈ ਔਰ ਸਾਨੂੰ ਆਤਮਿਕ ਮੌਤ ਮਰਨ ਤੋਂ ਬਚਾਉਂਦਾ ਹੈ ਕਿਉਂਕਿ ਸਤਗੁਰ ਸਾਨੂੰ ਜੀਵਤਿਆਂ ਮਰ ਰਹੀਏ ਦੀ ਅਵਸਥਾ ਸਿਖਾ ਦਿੰਦਾ ਹੈ रामकली साद सारा इसी प्रथा आयगा और पिंड संतोष दा भोजन इकत्र करना है क्योंकि मैं जींदे जी अपनी क्रिया करण लगा हां लोकां दी कीती सी घर परिवार दे बिछड़े सजना वास्ते कीती सी ਲੇਕਿਨ ਰਾਮਕਲੀ ਸਾਧ ਇਸ ਪੱਖੋਂ ਨਹੀਂ ਵਿਚਾਰੀ ਗਈ ਕਿ ਤੂੰ ਜੀਵਤਿਆਂ ਮਰ ਰਹੀ ਏ ਆਪ ਕਿਸ ਤਰ੍ਹਾਂ ਕਰ ਸਕਦਾ ਹੈ ਕਸ਼ਮੀਰ ਅਸੀਂ ਗਏ ਸੀ ਅਸੀਂ ਉੱਥੇ ਸੈਮੀਨਾਰ ਕੀਤਾ ਸੀ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਜਦੋਂ ਮੈਂ ਸਟੇਜ ਤੇ ਸ਼ਬਦ ਵਿਚਾਰ ਰਿਹਾ ਸੀ ਤਾਂ ਮੈਂ ਹੈਰਾਨ ਰਹਿ ਗਿਆ ਫਰੀਦ ਜੀ ਸਿਖਾ ਰਹੇ ਨੇ ਰੱਬ ਨਾਲ ਖੁਦਾ ਨਾਲ ਮਿਲਨ ਅੱਜ ਕਿਵੇਂ ਹੋ ਸਕਦਾ ਹੈ ਸਾਰੇ ਸ਼ਬਦੀ ਚ ਫਰੀ ਜੀ ਨੇ ਸਿਖਾਇਆ ਆਪਣਾ ਜੀਂਦੇ ਜੀ ਗਰੇਵ ਕਿਸ ਤਰ੍ਹਾਂ ਤਿਆਰ ਕਰੀਦਾ ਹੈ ਆਪਣੀ ਕਬਰ ਕਿਸ ਤਰ੍ਹਾਂ ਤਿਆਰ ਕਰੀਦਾ ਹੈ ਜੀਵਤਿਆਂ ਮਰ ਰਹੀ ਹੈ ਜਤੋਂ ਅਸੀਂ ਸ਼ਬਦ ਪੜਾਂਗੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸਣੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਮੇਰਾ ਜੀਂਦੇ ਜੀ ਸਾਹਿਬ ਨਾਲ ਮੇਲ ਤਾਂ ਤੇਲ ਕਿਹੜੇ ਵਾਲਾ ਸਮਝਣਾ ਪਏਗਾ ਕਿਹੜਾ ਤੇਲ ਪਾਣਾ ਹੈ ਮਿਲ ਕੇ ਪਾਉ ਉਹ ਤੇਲ ਕੌਣ ਮਿਲ ਕੇ ਪਾਣ ਤੁਸੀਂ ਕਦੀ ਦੇਖਿਆ ਸਾਡੇ ਤੁਹਾਡੇ ਘਰਾਂ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ ਕੋਈ ਪੁੱਛ ਨਹੀਂ ਰਿਹਾ ਕਿ ਜੇ ਮਿਲ ਕੇ ਪਾਵੋ ਤੇਲ ਦਾ ਮਤਲਬ ਇਹ ਹੁੰਦਾ ਵੀ ਤੇਲ ਪਾਵੋ ਤਾਂ ਜਾਂ ਤੇ ਘਰਾਂ ਵਿੱਚ ਜਾਂ ਗੁਰਦੁਆਰੇ ਕੋਈ ਤੇਲ ਪਾਣ ਦੀ ਰਸਮ ਹੋਣੀ ਚਾਹੀਦੀ ਹੈ ਸਾਰੇ ਰਲ ਜਾਣ ਸੰਗ ਤਾਂ ਉੱਠਣ ਆਓ ਜੀ ਸਾਰੇ ਇਹ ਬੰਦਾ ਮਰ ਗਿਆ ਇਹਦਾ ਰੱਬ ਨਾਲ ਮੇਲ ਹੋਵੇ ਆਓ ਮਿਲ ਕੇ ਤੇਲ ਪਾਈਏ ਤੇਲ ਪਾਈਏ ਕਿਹੜੇ ਵਾਲਾ ਸਰ੍ਹੋਂ ਵਾਲਾ ਕੋਕੋਨਟ ਵਾਲਾ ਕੋਈ ਗੱਲ ਨਹੀਂ ਚੱਲ ਰਹੀ ਹੈ ਕਿਉਂਕਿ ਅਸੀਂ ਕੁਐਸਚਨਿੰਗ ਆਪਣੇ ਨਾਲ ਕਰ ਹੀ ਨਹੀਂ ਰਿਹਾ ਕਿਉਂਕਿ ਅਸੀਂ ਸ਼ਬਦ ਦੀ ਵਿਚਾਰ ਕਰਨਾ ਚਾਹੁੰਦੇ ਹੀ ਨਹੀਂ ਆ ਕਿਉਂਕਿ ਅਸੀਂ ਬਾਣੀ ਦੀ ਵਿਚਾਰ ਅੰਦਰ ਇੰਟਰਸਟ ਰੱਖਦੇ ਹੀ ਨਹੀਂ ਆ ਔਰ ਅਸੀਂ ਗੁਰੂ ਕੇ ਸਿੱਖ ਹਕ ਹੁੰਦੇ ਹਾਂ ਅਸੀਂ ਇਸ ਨੂੰ ਮੱਥਾ ਟੇਕਦੇ ਹਾਂ ਔਰ ਅਸੀਂ ਪੜੀ ਜਾ ਰਹੇ ਹਾਂ ਸਤਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਵਿਚਾਰ ਗੁਰੂ ਪਾਛਾ ਜ਼ਰੂਰੀ ਹੈ ਗੁਰੂ ਪਾਛਾ ਕਹਿੰਦੇ ਹਾਂ ਬਿਨਾ ਵਿਚਾਰ ਆ ਤੇ ਤੂੰ ਕਿਧਰੇ ਵੀ ਨਹੀਂ ਪਹੁੰਚੇਗਾ ਤੇਰੀ ਜਰਨੀ ਨਹੀਂ ਸਟਾਰਟ ਹੋਏਗੀ ਇਹਦਾ ਮਤਲਬ ਤਾਂ ਵਿਚਾਰ ਬੜੀ ਜ਼ਰੂਰੀ ਹੈ ਕੀਰਤਨ ਕਰ ਭਾਵੇਂ ਤੂੰ ਪਾਠ ਕਰ ਭਾਵੇਂ ਤੂੰ ਮੁਬਾਰਕ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ ਮੁਬਾਰਕ ਲੇਕਿਨ ਤੈਨੂੰ ਉਹਦੀ ਵਿਚਾਰ ਜ਼ਰੂਰੀ ਹੈ ਵਿਚਾਰ ਕਰੇਗਾ ਤਾਂ ਤੈਨੂੰ ਤੇਲ ਬਾਰੇ ਪਤਾ ਲੱਗੇਗਾ ਇਸ ਕਰਕੇ ਅਸੀਂ ਕੱਲ ਕੱਲ ਆਪਣਾ ਪ੍ਰੋਗਰਾਮ ਇਥੋਂ ਸ਼ੁਰੂ ਕਰਾਂਗੇ ਕੇ ਗੁਰੂ ਪਾਛਾ ਕਹਿੰਦੇ ਨੇ ਤੇਲ ਸਮਝਾ ਰਹੇ ਨੇ ਦੀਵਾ ਮੇਰਾ ਏਕਨਾ ਦੀਵਾ ਮੇਰਾ ਏਕਨਾ ਦੁੱਖ ਵਿੱਚ ਪਾਇਆ ਤੇ ਦੁੱਖ ਵਿੱਚ ਪਾਇਆ ਤੇ ਦੀਵਾ ਮੇਰਾ ਇੱਕ ਨਾਂ ਦੀਵਾ ਮੇਰਾ ਇੱਕ ਨਾਂ ਉਹ ਚਾਨੜ ਉਹ ਸੋਖਿਆ ਚੂ ਜਮਸਿਉ ਮੇਰੇ ਉਨ ਚਾਨਣ ਉਹ ਸੋਖਿਆ ਚੂਕਾ ਜਮਸਿਉ ਮੇਰੇ ਚੂਕਾ ਜਮ